ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅੱਜ ਐਤਵਾਰ ਦਾ ਦਿਨ ਹੈ ਅਤੇ ਰਾਈਡ 'ਤੇ ਆਏ ਹੋਏ ਨੇਗੇ ਯਾਰ ਉਹ ਅਤੇ ਰਾਈਡ 'ਤੇ ਸੀ ਬਾਈ, ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ। ਮੋਟਰਸਾਈਕਲ ਦਿਖਾਉਣੇ ਹੈਗੇ, ਰਾਈਡ ਦਿਖਾਉਣੇ ਹੈਗੇ, ਹੈਲਮਟ ਮੈਂ ਗੋਪਰੋ 'ਤੇ ਹੈਲਮਟ ਨਹੀਂ ਲਾਇਆ ਹਲੇ, ਹੈਲਮਟ ਤਾਂ ਮਾਇਆ ਸੀਗਾ ਅਤੇ ਇਸ ਕਰਕੇ ਗੋਪਰੋ 'ਤੇ ਨਹੀਂ ਲਾਇਆ, ਪਰ ਰਾਈਡ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ। ਨਾਲ ਬਣੇ ਰਹੋ, ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬਾਈ, ਚੈਨਲ ਸਬਸਕ੍ਰਾਈਬ ਕਰਨ ਸਾਹਿਬ ਡਰੋਨ ਚਲਾ ਰਹੇ ਨੇਗੇ। ਰਾਜਪੁਰਾ ਰੋਡ ਤੇ, ਸਰਹੰਦ ਰਾਜਪੁਰਾ ਰੋਡ ਤੇ ਉਰੇ ਮੈਕਡੀ ਕਾਫੀ ਪੀ ਕੇ ਸੰਗਰੂਰ ਤੋਂ ਚੱਲੇ ਸੀ ਸਵੇਰੇ 7 ਵਜੇ ਉਰੇ ਪਟਿਆਲੇ ਜਾਂਦੇ ਰਾਈਡਰ ਹੈਗੇ ਨੇ ਉਰੇ ਪਟਿਆਲੇ ਦੇ, ਤੇ ਆਹ ਆਪਣਾ ਭਰਾ ਹੈਗਾ ਫਲੋਰ ਤੋਂ ਤੇ ਬਾਈ ਹੋਰੀ ਵੀ ਆਏ ਹੋਏ ਨੇ ਫਲੋਰ ਤੋਂ ਇੱਧਰ, ਤੇ ਉਰੇ ਵਧੀਆ ਪੁਆਇੰਟ ਹੈ ਇਕੱਠੇ ਹੋਣ ਦਾ, ਖੜਨ ਦਾ, ਕਾਫੀ ਪੀਣ ਦਾ, ਹੱਥ ਲਾ ਕੇ ਮੁੜਨਾ ਹੁੰਦਾ ਰਾਈਡਿੰਗ ਵਾਲੇ ਜਿਹੜੇ ਹੁੰਦੇ, ਕਾਫੀ ਪੀ ਨਹੀਂ ਆਉਣੇ ਹੈਗੇ, 1500, 2000, 3000 ਦਾ ਤੇਲ ਫੂਕ ਕੇ ਨਾ ਕਾਫੀ ਪੀ ਨਹੀਂ ਆਉਂਦੇ ਨੇ ਸੰਡੇ ਨੂੰ, ਤੇ ਸਾਰੇ ਇੰਜੋਏ ਕਰ ਰਹੇ ਨੇ। ਜਿਹੜੇ ਖੜੇ ਨੇ ਮਾੜਾ ਜਿਹਾ ਥੋੜ੍ਹੀ ਜਿਹੀ ਨਿਗਾਹ ਮਰਵਾ ਦੇਣਾ, ਪਹਿਲਾਂ ਤਾਂ ਹਾਏ ਬੂਸਾ ਆਇਆ ਹੋਇਆ, ਇਹ ਵੀ ਫਲੋਰ ਤੋਂ ਆਇਆ ਹੋਏਗਾ, ਤੇ ਆਪਣੇ ਵਾਲਾ ਹਾਇਆ ਬੂਸਾ ਖੜੇਗਾ, ਠੰਡਾ ਹੁਣ ਤਾਂ, ਤੇ 10R ਖੜਾ ਚਾਂਦ ਵਾਲਾ, ਤੱਬੀ ਆਉਣੇ ਉਹਨੇ ਬਾਅਦ ਤੱਬੀ, ਤੇ ਚਾਂਦ ਨਾਲ ਰੇਤ ਲੱਗ ਰਹੀ ਸੀ ਅੱਜ ਤਾਂ ਮੇਰੀ ਰਾਈਡ ਚਾਹੀਏ, ਕਿਆ ਬਾਤ ਦਿੰਦੇ ਆ ਰਾਈਡ ਤੈਨੂੰ। ਤੇ ਬਾਈਕ ਸਾਰੇ ਦੇਖੋ ਬੈਡ ਬੋਏ, ਇੱਕ ਆਪਣੇ ਕੋਲ ਵੀ ਆਇਆ ਹੋਇਆ ਸੇਲ 'ਤੇ, ਇਹ ਸੇਮ ਕਲਰ ਹੈ, ਸੇਮ ਕਲਰ, ਕਿੰਨੇ ਦਾ? ਉਹ 9,60,000 ਦਾ, 9,60,000 ਦਾ ਸੁਪਰ ਵਿੰਗਸ, ਇੰਸਟਾਗ੍ਰਾਮ ਫੋਲੋ ਕਰ ਲਿਓ ਬਾਈ। ਸਾਰੇ ਰਾਈਡਰ ਦੇ ਭਰਾ ਜਿੰਨੇ ਵੀ ਹੈ ਨਾ, ਹੁਣ ਅੱਜ ਇੱਕ ਹੋਲੀ ਦੀ ਪਾਰਟੀ ਵੀ ਆ, ਉੱਥੇ ਵੀ ਗੇੜਾ ਮਾਰਿਆ ਵਾਂਗੇ, ਅਤੇ ਨਾਲ ਨਾਲ ਮੈਂ ਗੱਲਾਂ ਬਾਤਾਂ ਸਾਂਝੀਆਂ ਕਰਦਾ ਰਹੂੰਗਾ ਤੁਹਾਡੇ। ਬਾਈ ਉਹਦੀ ਵੀ ਆਪਣੇ ਨਾਲ ਹੀ ਨੇ, ਚਲੋ ਚਲੋ ਬਸ ਇਹ ਸਾਰੇ ਨਾਲ ਹੀ ਨੇ ਬਾਈ। ਹੁਣ ਬਾਇਆ ਸਰਹੰਦ ਕਹਿ ਰਹੇ ਨੇ, ਬਾਕੀ ਦੇਖਦੇ ਕਿੱਧਰ ਨੂੰ ਜਾਣਾ ਹੁਣ, ਪਹਿਲਾਂ ਤਾਂ ਨਾਮ ਦੱਸੋ ਆਪਣੇ ਆਪਣੇ ਕੀ ਨੇ। ਹਾਂ ਹੋਰ ਇੱਕ ਦੂਸਰੇ ਦੀ ਦੱਸੀ, ਆਪਣਾ ਆਪਣਾ ਆਪਣਾ, ਹਾਂਜੀ ਕੀ ਨਾਮ ਹੈ? ਹਾਂਜੀ ਹੁਣ ਦੱਸੋ ਕੀ ਕੀ ਡਿਮਾਂਡ ਹੈ ਤੁਹਾਡੀ? ਇਸਕੀ ਬੈਕ ਫਾਇਰ, ਚੰਦ ਸੁਣਾ ਦੇ ਬੈਕ ਫਾਇਰ ਇਹਨਾਂ ਨੂੰ। ਹੋਰ ਹੈਲਮਟ ਦੇ ਦਿਓ, ਕਿਆ ਬਾਤ ਹੈ, ਮੁੰਡੇ ਖੁਸ਼ ਕਰ ਦੀ। ਹਾਂ ਕਲਚ ਰੱਬ ਕੀ ਮਾਰੀ ਜਾਂਦੇ ਰੇਸ, ਉਹ ਭੱਜ ਗਏ, ਉਹ ਦੇ ਕਿੱਤੇ ਫਿਰਦੇ, ਚਾਹ ਦੇ ਵੀ ਸੁਣਾ ਦੇ ਹੁਣ, ਲੈ ਇਸ ਤੋਂ ਵੀ ਲਾਊਡ ਹੈ। ਸਿੰਗਲ ਕੀਤਾ ਹੋਇਆ ਨਾ,
ਦੇਖੋ ਬਾਈ ਇਹ ਆਉਣ ਵਾਲੇ ਰਾਈਡਰ ਨੇ ਆਉਣ ਵਾਲੇ ਲੈ ਵੀ ਆਹ ਦੇਖੋ ਹੁਣ ਬਾਈਕਸ ਆਇਆ ਬੂਸਾ ਆਏ ਰੋਬਿਨ ਇਕੱਲੇ ਸਪੋਰਟਸ ਬਾਈਕ ਆਪਾਂ ਨੂੰ ਆਪਣੀ ਨੀ ਵਧੀਆ ਆਪਾਂ ਨੂੰ ਕਾਹ ਘੱਟ ਹੁੰਦੀ ਹੈ ਨਾ ਹੈ ਚੱਲ ਆਪਣੇ ਕੋਲ ਵੀ ਹੈਗਾ ਪਰ ਜਦੋਂ ਕਿਸੇ ਦੇ ਹੋਰ ਦੀ ਆਵਾਜ਼ ਹੁੰਦਾ ਹੋਰ ਜ਼ਿਆਦਾ ਖੁਸ਼ੀ ਹੁੰਦੀ ਹੈ ਕਿਆ ਬਾਤ ਦੇਖੋ ਬਾਈ ਨਜ਼ਾਰੇ ਭਰਾ ਮੰਡਲ ਦਾ ਫਲੋਰ ਦੇ ਨੇਗੇ ਬੜੇ ਸੋਹਣੇ ਬਾਈਕ ਨੇ ਯਾਰ ਇਹਨਾਂ ਦੇ ਵੀ ਉਹ ਪੁੱਤ ਗਰਮ ਨੇ ਹੁਣੀ ਆਏ ਨੇ ਵਾਲੇ ਬੱਚੇ ਨਾਲ ਦੀ ਨਾਲ ਆ ਜਾਂਦੇ ਨੇ ਕਿ ਭਾਈ ਕਿਆ ਬਾਤ ਹੈ ਹਾਇਆਬੂਸਾ ਬਲੈਕ ਹਾਇਆਬੂਸਾ ਰੈੱਡ ਹਾਇਆਬੂਸਾ ਵਾਈਟ ਆਪਣੇ ਇਹਨਾਂ ਦੇ ਟਾਇਰ ਚੇਂਜ ਹੋਣ ਵਾਲੇ ਨੇ ਹੁਣ ਟਾਇਰ ਚੇਂਜ ਕਰਾਉਣੇ ਹੈਗੇ ਹਾਂਜੀ ਬਾਈ ਇਹ ਵੀ ਹੈ ਨਾ ਇੱਕ ਅਲੱਗ ਲਾਈਫ ਹੈ ਅਲੱਗ ਐਕਸਪੀਰੀਅੰਸ ਹੈ ਮੈਂ ਆਪਣੇ ਨਜ਼ਰੀਏ ਨਾਲ ਦੱਸ ਰਿਹਾ ਨਾ ਕਿਉਂਕਿ ਆਹ ਸਾਰੇ ਡਰੀਮ ਨੇ ਠੀਕ ਹੈ ਇਹਨੂੰ ਇਹਨਾਂ ਨੂੰ ਦੇਖਣਾ ਹੀ ਕਈਆਂ ਲਈ ਡਰੀਮ ਹੈ ਵੀ ਮੇਰੇ ਲਈ ਵੀ ਸੀਗਾ ਮੈਂ ਆਹ ਜਿਹੜਾ ਰੈੱਡ ਕਲਰ ਦਾ ਇਹੋ ਜਿਹਾ ਫਸਟ ਟਾਈਮ ਮੈਂ ਪਹਿਲਾਂ ਵੀ ਦੱਸਿਆ ਵੀ ਮੈਂ ਦੁਬਈ ਦੇਖਿਆ ਸੀਗਾ ਅਤੇ ਦੇਖਣਾ ਹੀ ਡਰੀਮ ਸੀ ਵੀ ਮੈਂ ਕਦੋਂ ਦੇਖੂੰਗਾ ਇਹਨੂੰ ਹੈ ਨਾ ਪਰ ਹੁਣ ਅੱਜ ਚੱਲ ਵਧੀਆ ਰਾਈਡ ਕਰ ਰਹੇ ਹੈਗੇ ਚੀਜ਼ਾਂ ਆਪਣੇ ਕੋਲ ਨੇਗੀਆਂ ਟਾਈਮ ਦਾ ਫਰਕ ਹੈ ਇਸ ਤੋਂ ਬਾਅਦ ਕੁਲਵਿੰਦਰ ਵੀਰ ਦੀ ਸੱਚ ਕਰ ਨਾਲ ਗੱਲ ਹੋ ਰਹੀ ਸੀ ਕਹਿੰਦਾ ਗੱਡੀਆਂ ਗੁੱਡੀਆਂ ਲਓ ਹੁਣ ਤਾਂ ਸਪੋਰਟਸ ਕਾਰਾਂ ਉਹ ਤਾਂ ਆਇਆ ਕਰੋ ਕਹਿੰਦਾ ਅਤੇ ਉਹ ਵੀ ਲੈ ਲਾਂਗੇ ਬਾਈ ਮਸਟੈਂਗਾ ਲੈਣੀ ਪਹਿਲਾਂ ਇੱਕ ਮਸਟੈਂਗ ਲੈ ਲੈਂਦੇ ਉਸ ਤੋਂ ਬਾਅਦ ਦੇਖਦੇ ਬਾਈ ਹੋਰ ਲੱਗਦਾ ਇਹਨਾਂ ਦਾ ਲੱਗ ਗਿਆ ਜੀ ਉਰੇ ਠੀਕ ਹੈ ਇਹ ਤਾਂ ਨਹੀਂ ਹਿੱਲਦੇ ਉਰੇ 11 ਵਜਣ ਵਾਲੇ ਨੇਗੇ ਅਤੇ ਮੈਨੂੰ ਗਰਮੀ ਲੱਗ ਰਹੀ ਹੈ ਉਰੇ ਅਤੇ ਇੱਕ ਹੋਲੀ ਦੀ ਪਾਰਟੀ ਹੈ ਸ਼ਾਇਦ ਉੱਥੇ ਹਾਜ਼ਰੀ ਲਗਾਉਣਾ ਰਾਹ ਦੇ ਵਿੱਚ ਬਹੁਤ ਖਾਵਾਂਗੇ ਰਸਤੇ ਦਾ ਵਲੌਗ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਕਿਉਂਕਿ ਮੇਰੇ ਹੈਲਮਟ ਬਾਹਰ ਨਵਾਂ ਹੈਗਾ ਅਤੇ ਇਹਦੇ ਉੱਤੇ ਗੋਪਰੋ ਨਹੀਂ ਲੱਗਦਾ ਨਹੀਂ ਲੱਗਿਆ ਹਜੇ ਤੱਕ ਅਤੇ ਗੋਪਰੋ ਰਾਈਡ ਪ੍ਰੋਪਰ ਮੈਂ ਚੰਗੀ ਤਰ੍ਹਾਂ ਸ਼ੁਰੂ ਕਰੂੰਗਾ ਬਾਈ ਦੇਸੀ ਰਾਈਡਰ ਸਿੱਧੂ ਵਾਲਾ ਜਿਹੜਾ ਚੈਨਲ ਹੈ ਉੱਥੇ ਵੀ ਪਾਣੀ ਸ਼ੁਰੂ ਕਰਦੇ ਹਾਂ ਨੋਰਮਲ ਵੀ ਸ਼ੁਰੂ ਕਰਦੇ ਹਾਂ ਬਾਕੀ ਇੰਸਟਾਗ੍ਰਾਮ ਫੇਸਬੁੱਕ ਯੂਟਿਊਬ ਸਾਰੇ ਕਿਤੇ ਫੋਲੋ ਕਰਕੇ ਰੱਖੋ ਭਰਾ ਫਾਈਨਲੀ ਇਹਨਾਂ ਦੀ ਚੱਲਣ ਦੀ ਤਿਆਰੀ ਹੋ ਗਈ ਅਤੇ ਬਸ ਚੱਲਦੇ ਹਾਂ ਬਾਈ ਹੁਣ ਚੱਲ ਕੇ ਉਸ ਤੋਂ ਬਾਅਦ ਅੱਗੇ ਜਿੱਥੇ ਪਹੁੰਚਾਂਗੇ ਉੱਥੇ ਦੀ ਰਾਈਡ ਦਿਖਾਵਾਂਗੇ ਤੁਹਾਨੂੰ ਉੱਥੇ ਦੇ ਵਿਊ ਦਿਖਾ ਪੈ ਰਿਹਾ ਇਹਦਾ ਲੱਗਦਾ ਜਿਵੇਂ ਰੇਸ ਲੱਗੀ ਹੁੰਦੀ ਹੈ ਮੋਟੋ ਜੀਪੀ ਚੱਲ ਰਹੀ ਹੈ ਓਕੇ ਭਰਾ ਠੀਕ ਹੈ ਓਕੇ ਲਵ ਯੂ ਓਕੇ ਭਾਈ ਇਹਦੇ ਆਏਗਾ ਮਜ਼ਬੂਰ ਤੇ Thank you.
ਚੱਲੇ ਆ। ਮੀਟਰ ਤਾਂ ਦੇਖਦੇ ਚੱਲਦੇ ਨੀ ਸਾਡੇ, ਮੀਟਰ ਚੱਲਦੇ ਨੀ ਬਈ, ਆ ਫਿਰਦੇ ਤੇ ਹਲੇ ਸਾਰੀ ਟੀਮ ਪਿੱਛੇ ਆ। ਅਸੀਂ ਆਹ ਜਿਹੜਾ ਸਰਹੰਦ ਤੋਂ ਰਾਜਪੁਰੇ ਵਾਲਾ ਰੋਡ ਹੈ ਨਾ, ਬਾਹਲਾ ਘੈਂਟ ਹੈਗਾ ਤੇ ਰਾਈਡਰ ਹਲੇ ਆ ਰਹੇ ਨੇ, ਅਸੀਂ ਖੜੇ ਹਾਂ ਅੱਗੇ ਵੀਡੀਓ ਬਣਾਉਣੇ, ਦੇਖਦੇ ਸਾਰਿਆਂ ਨੂੰ ਅੱਗੇ ਕੱਢਦੇ ਪਹਿਲਾਂ। ਹੁਣ ਲੰਘੇ ਨੇ ਅੱਗੇ, ਲੰਘਣ ਤੋਂ ਸਾਰਿਆਂ ਨੂੰ ਟਾਊਨ ਉਰੇ ਬਾਈਪਾਸ ਦੇ ਨੇੜੇ ਹੀ ਹੈ, ਰਸਤਾ ਜਾਂਦਾ ਪਟਿਆਲੇ ਨੂੰ ਹੈ ਨਾ, ਨਾਲੇ ਦੇ ਨਾਲ ਸ਼ਾਇਦ। ਅਤੇ ਦੇਖੋ ਬੜਾ ਸੋਹਣਾ, ਸੋਹਣੀ ਲੋਕੇਸ਼ਨ ਬਣਾਈ ਹੋਈ ਹੈ। ਅਤੇ ਇੱਕ ਸਾਡੇ ਮਾਨ ਸਾਹਿਬ ਦੀ ਐਨਕ ਗਿਰ ਗਈ ਰਾਹ 'ਚ ਰਸਤੇ ਦੇ ਵਿੱਚ, ਉਹ ਮੈਂ ਚੱਕ ਲਈ ਸੀ ਰੁਕ ਕੇ। ਐਨੇ ਕਿੱਥੇ ਤੁਹਾਡੀ? ਰਾਹ ਚ ਗਈ ਪਈ ਸੀ, ਕਿੰਨੇ ਕੁ ਦੀ ਆ? ਜਿੱਥੇ ਆਪਾਂ ਰੁਕੇ ਸੀਗੇ ਉੱਥੋਂ ਚੱਲਦੀ ਬਾਈਕ ਤੇ ਗਿਰੀ ਸੀ, ਮੈਂ ਤਾਂ ਹੀ ਤਾਂ ਮੈਂ ਪਿੱਛੇ ਰਹਿ ਗਿਆ। ਸਪੀਡ ਤੇ ਗਿਰੀ ਸੀ, ਸਪੀਡ ਤੇ ਗਿਰੀ ਸੀ। ਪੂਰਾ ਬਣਾ ਰੱਖਿਆ ਕੰਮ ਲੈ ਵੀ, ਉਹ ਤਾਂ ਹੋਲੀ ਦਾ ਪੂਰਾ ਪ੍ਰੋਗਰਾਮ ਹੈ ਰੰਗਾ ਰੰਗ। ਨੰਬਰ ਉੱਤੇ ਖੜਾਇਆ ਹੋਇਆ, ਡਿਸਪਲੇ ਕੀਤਾ ਹੋਇਆ ਇਹਨਾਂ ਨੇ, ਸਾਰੀ ਜਿੰਨੀ ਲਿਖੀ ਉਹਨੇ ਵੀ ਜਾਂਦੇ ਨੇ। ਹਾਂਜੀ ਹਾਂ, ਜਿੰਨੀ ਲਿਖੀ ਉਸ ਤੋਂ ਟੱਪਦਾ, ਇਹ ਸਪੀਡ ਲੋਕ ਕੀਤੀ ਹੁੰਦੀ ਇਹਨਾਂ ਦੀ। ਤੇ ਬਾਈ ਆ ਫਰੇਮ ਦੇਖੋ, ਆਇਆ ਬੂਸਾ ਦਾ ਆਹ ਫਰੇਮ ਹੈ, ਆ ਦੋ ਇਨਟੇਕ ਨੇ। ਅਸੀਂ ਨਿਕਲ ਦੇਂਗੇ, ਅਸੀਂ ਸੰਗਰੂਰ ਜਾਣਾ, ਲੇਟ ਹੋ ਰਿਹਾ, ਚੰਦ ਜੀ ਨੇ ਉਹ ਫੈਕਟਰੀ ਖੋਲਣੀ ਹੈ। ਹਾਂ ਇੱਕ ਚੀਜ਼ ਹੋਰ ਦਿਖਾਉਣਾ, ਨਿਕਲ ਗਏ ਯੂਰਪ ਚੱਕੀ ਦਿਖਾਇਆ ਬੂਸਾ, ਅਤੇ ਹੁਣ ਸੰਗਰੂਰ ਜਾ ਕੇ ਮਿਲਦੇ ਹਾਂ। ਲਓ ਜੀ ਹੁਣ ਅਸੀਂ ਸੰਗਰੂਰ ਪਹੁੰਚ ਗਏ ਹਾਂ, ਟਿਮ ਹਾਟਨ ਸੰਗਰੂਰ। ਮੈਂ ਤੇ ਰੋਬਿਨ ਰਹਿ ਗਿਆ, ਬਾਕੀ ਸਾਰੇ ਲੰਘ ਗਏ, ਮੈਂ ਤੇ ਹੁਣ ਰੋਬਿਨ ਹੀ ਰਹਿ ਗਏ ਗੇ। ਬਾਹਰ ਚੱਲਦੇ ਸੰਗਰੂਰ ਘਰੇ, ਘਰੋਂ ਘਰੀ
ਤੇ ਉਸ ਤੋਂ ਬਾਅਦ ਕੰਮ ਕਾਰ ਹੋਰ ਕਰਦੇ ਹਾਂ। ਅੱਜ ਸੰਡੇ ਦਾ ਦਿਨ ਹੈ, ਸੰਡੇ ਨਹੀਂ ਸੈਟਰਡੇ ਆ, ਸੰਡੇ ਕਿ ਸੈਟਰਡੇ ਸੰਡੇ ਅੱਜ ਤਿੰਨ ਛੁੱਟੀਆਂ ਆ ਗਈ ਨਾ, ਪਤਾ ਨਹੀਂ ਲੱਗਿਆ ਮੈਨੂੰ। ਹਾਂ ਤਿੰਨ ਛੁੱਟੀਆਂ ਹੋ ਗਈਆਂ। ਕਿੰਨੀ ਸ਼ਾਂਤੀ ਆ ਦੁਨੀਆ ਤੇ ਜੇ ਬਾਈਕ ਖੜਾ ਦੀਏ ਕੰਨ ਚੂ ਸੁਣ ਰਹੇ ਮੇਰੇ ਕੰਨ ਬਾਈ ਘਰੇ। ਇੱਕ ਤਾਂ ਫੋਰ 3000 ਦੀ ਵਾਇਰਿੰਗ ਦਾ ਕੰਮ ਚੱਲ ਰਿਹਾ, ਫੋਰ 3000 ਦੀ ਵਾਇਰਿੰਗ ਹੋ ਰਹੀ ਹੈ। ਲਾਈਟਾਂ ਲੂਟਾਂ ਲਾ ਰਹੇ ਨੇ ਇੱਧਰ ਇੱਧਰ, ਇਹ ਟਰੈਕਟਰ ਨੂੰ ਦਾ ਹੈੱਡ ਧਰਨ ਲੱਗੇ ਨੇ ਜੀ, ਸਟਾਰਟਿੰਗ ਇਹਦਾ ਹੈੱਡ ਧਰਨ ਲੱਗੇ ਨੇ, ਇਹਨੂੰ ਸਟਾਰਟ ਕਰਦੇ ਹਾਂ ਜੀ। ਪਾਈਪਾਂ ਦੀ ਫਿਟਿੰਗ ਚੱਲ ਰਹੀ ਹੈ, ਪਾਵਰ ਸਟੇਅਰਿੰਗ ਦੀ।